ਟਮਾਟਰ ਮਿਰਚਾਂ ਵਗੈਰਾ ਪਈਆਂ ਤੇ ਥੋਮ ਪਿਆ, ਇਹਨੂੰ ਸੋਚ ਕੇ ਸ਼ਾਇਦ ਤੁਹਾਡੇ ਦਿਲ ਚ ਥੋੜਾ ਜਿਹਾ ਆਈਡੀਆ ਆ ਹੀ ਜਾਏ ਕਿ ਸ਼ਾਹਜਿਆ ਕੀ ਬਣਾ ਲੱਗੇ, ਪਰ ਸ਼ਾਹਜਿਆ ਨੇ ਤੁਹਾਨੂੰ ਦੱਸਣਾ ਨੀਗਾ ਕਿ ਮੈਂ ਕੀ ਬਣਾ ਲਈਆਂ, ਥੋੜਾ ਜਿਹਾ ਤੁਸੀਂ ਵੀ ਸੋਚੋ ਤੇ ਵੀਡੀਓ ਵੇਖਣ ਤੋਂ ਪਹਿਲੇ ਕਮੈਂਟ ਜ਼ਰੂਰ ਕਰਨਾ ਕਿ ਸ਼ਾਹਜਿਆ ਅਸੀਂ ਦੇ ਦਿਆਂ ਸਾਹ ਸਮਝ ਗਏ ਸੀ ਕਿ ਤੂੰ ਕੀ ਬਣਾਉਣ ਲੱਗੇ, ਪਰ ਸ਼ਾਹਜਿਆ ਨੇ ਐਂਡ ਤੇ ਦੱਸਣਾ ਹਲੇ ਨਹੀਂ ਦੱਸਣਾ। ਤੇ ਚਲੋ ਮੈਂ ਹੁਣ ਬਣਾ ਰਹੀ ਹਾਂ ਆਲੂ। ਅੱਛਾ ਤਰੀਕੇ ਨਾਲ ਆਲੂ ਛਿਲਕੇ ਉਤਾਰ ਕੇ ਨਾ ਤੇ ਤੁਸੀਂ ਮੇਰੇ ਸਪੋਰਟ ਕਰੋ, ਮੈਨੂੰ ਜਿੰਨਾ ਹੋ ਸਕੇ ਪਲੀਜ਼ ਪਲੀਜ਼ ਸਪੋਰਟ ਕਰੋ। ਪਹਿਲੇ ਮਾਸ਼ਾ ਤੁਸੀਂ ਮੈਨੂੰ ਬਹੁਤ ਸਪੋਰਟ ਕਰ ਰਹੇ ਹੋ, ਪਰ ਹੁਣ ਮੈਨੂੰ ਤੁਹਾਡੀ ਸਪੋਰਟ ਦੀ ਥੋੜ੍ਹੀ ਜਿਹੀ ਹੋਰ ਜ਼ਰੂਰਤ ਆ, ਤਾਂ ਪਲੀਜ਼ ਪਲੀਜ਼ ਮੈਨੂੰ ਸਪੋਰਟ ਕਰੋ। ਕਮੈਂਟ 'ਚ ਇਹ ਵੀ ਦੱਸੋ ਕਿ ਤੁਸੀਂ ਕਿੱਥੋਂ ਕਿੱਥੋਂ ਵੇਖਣ ਦੇ ਆ, ਜ਼ਰਾ ਮੈਨੂੰ ਹੀ ਪਤਾ ਚੱਲੇ ਮੇਰੀ ਵੀਡੀਓ ਕਿੱਥੇ ਕਿੱਥੇ ਤੱਕ ਜਾ ਰਹੀ ਆ, ਕੌਣ ਕੌਣ ਮੈਨੂੰ ਦੇਖਦੇ ਆ। ਹਾਂਜੀ ਗਾਇਜ਼, ਆਲੂ ਜਿਹੜੇ ਹਨ ਮੈਂ ਬਣਾ ਲਏ, ਛਿਲਕੇ ਉਤਾਰ ਲਏ, ਅਤੇ ਮੈਂ ਕਿਹਾ ਚਲੋ ਹੁਣ ਪਿਆਜ਼ਾਂ ਦੀ ਵਾਰੀ ਆ ਗਈ, ਤਾਂ ਹੁਣ ਨਾ ਮੈਂ ਪਿਆਜ਼ ਕੱਟ ਲਾਂ। ਤੇ ਗਾਇਸ ਕਰੀਏ ਮੌਸਮ ਦੀ ਗੱਲ, ਤੇ ਮੌਸਮ ਹੁਣ ਮਾਸ਼ਾਅੱਲਾ ਬਹੁਤ ਪਿਆਰਾ ਬਿਹਤਰੀਨ ਸਾਰੇ ਕੋਲ ਮੌਸਮ ਆ, ਹਵਾ ਬਹੁਤ ਠੰਡੀ ਹੋ ਰਹੀ ਹੈ ਪਰ ਬੱਦਲ ਨਹੀਂ ਹੈ। ਤੇ ਗਾਇਸ ਤੁਹਾਨੂੰ ਇੱਕ ਗੱਲ ਦੱਸਣਾ, ਸਾਡੇ ਜਿਹੜੇ ਦਾਣੇ ਸੀਗੇ ਨਾ ਸਾਰੇ ਲੱਗ ਗਏ, ਫਿਰ ਰੋਜ਼ਾਨਾ ਉਹਨੇ ਅੱਗੇ ਗੱਟੂ ਕਰਕੇ ਬਾਹਰ ਸੁੱਕਣੇ ਫਾਇਦਾ ਵਾ, ਤੇ ਉਹਨਾਂ ਤੁਸੀਂ ਵੀ ਆਪਦੇ ਤੋੜੇ ਬਹੁਤੇ ਦੇਣਾ ਦਾਣਿਆਂ ਦਾ ਖਿਆਲ ਰੱਖੋ। ਗਾਇਸ ਸਾਡੇ 15 ਮਣ ਦਾਣੇ ਸੀ, ਤੇ 15 ਮਣ ਦਾਣਿਆਂ ਨੂੰ ਨਾ ਸਾਰੇ ਲੱਗ ਗਏ, ਆਟਾ ਆਟਾ ਹੋਇਆ ਪਿਆ। ਤੇ ਗਾਇਸ ਅੱਜ ਸਵੇਰ ਦਾ ਦਿਨ ਮੇਰਾ ਕਿੱਦਾਂ ਗੁਜ਼ਰਿਆ ਵੀ ਮੈਂ ਤੁਹਾਨੂੰ ਦੱਸਦੀ ਹਾਂ। ਗਾਇਸ ਆਮ ਨਾਲ ਸੁਬਹ ਉੱਠੀ, ਆਮ ਨਾਲ ਨਾਸ਼ਤਾ ਕਰਵਾਇਆ, ਆਮ ਨਾਲ ਸਕੂਲ ਚਲੀ ਗਈ, ਸਕੂਲ 'ਚ ਆਈ ਤੇ ਗਾਇਸ ਆਮ ਨੇ ਆਉਂਦੇ ਸਾਰ ਪਾ ਲਿਆ ਰੋਲਾ। ਰੋਲਾ ਕਿਉਂ ਪਾ ਲਿਆ? ਕਹਿੰਦੀ ਮੈਨੂੰ ਲੱਗੀ ਭੁੱਖ। ਮੈਂ ਕਿਹਾ ਕਾਹਤੋਂ ਲੱਗੀ? ਮੈਂ ਨਾ ਚਨੇ ਦਾ ਸਾਲ ਮੰਗਵਾਇਆ ਸੀ, ਤੇ ਮੈਂ ਕਿਹਾ ਚਲੋ ਕੋਈ ਖਾ ਲਿਆ ਪਿਆ। ਗਾਇਸ ਰੋਣ ਲੱਗ ਪਈ, ਕਹਿੰਦੀ ਨਾ ਮੈਂ ਤੇ ਨਹੀਂ ਖਾਂਦੀ ਗੀ। ਮੈਂ ਕਿਹਾ ਹੋਰ ਕੀ ਖਾਣਾ? ਕਹਿੰਦੀ ਮੈਨੂੰ ਨਾ ਮਿੱਠੀਆਂ ਸੇਵੀਆਂ ਬਣਾ ਕੇ ਦੇ। ਗਾਇਸ ਮੈਨੂੰ ਤਾਂ ਬਣਾਉਣੀਆਂ ਨਹੀਂ ਆਉਂਦੀਆਂ ਸੀ, ਮੰਮਾ ਘਰ ਨਹੀਂ ਸੀ, ਪਰ ਫਿਰ ਨਾ ਮੈਂ ਤੁੱਕੇ ਟਾਕਾ ਲਾ ਕੇ ਨਾ ਬਣਾ ਹੀ ਲਈਆਂ। ਤੇ ਗਾਇਸ ਜਿਹੜੀਆਂ ਮਜ਼ੇ ਦੀਆਂ ਸੇਵੀਆਂ ਬਣੀਆਂ ਨਾ, ਹਾਏ ਹਾਏ ਛੱਡ ਗੱਲਾਂ ਦਾ, ਤੁਸੀਂ ਵੀ ਖਾਂਦੇ ਤੇ ਤੁਸੀਂ ਕਹਿੰਦੇ ਵਾਹ ਸ਼ਾਦਿਆ ਵਾਹ ਕੇ ਸੇਵੀਆਂ ਬਣਾਈਆਂ। ਫਿਰ ਆਮ ਨਾਲ ਗਾਇਸ ਹੁਣ ਖੇਲਣ ਗਈ ਹੋਈ ਹੈ, ਤੇ ਹੁਣ ਫਰਮਾਇਸ਼ ਲੱਗ ਗਈ ਕੜੀ ਖਾਣੀ। ਲਓ ਗਾਇਸ ਮੇਰੇ ਨਾਨਾ ਆਪੂ ਨੂੰ ਵੀ ਕੜੀ ਬੜੀ ਪਸੰਦ ਸੀ, ਇਹ ਵੀ ਬੜੇ ਸ਼ੌਂਕ ਨਾਲ ਖਾਂਦੇ ਸੀ, ਬਲਕਿ ਆਪਦੇ ਆਪਦੇ ਹੱਥਾਂ ਨਾਲ ਕੜੀ ਬਣਾਉਂਦੇ ਸੀਗੇ, ਪਕੌੜੇ ਹਰ ਚੀਜ਼ ਆਦਿ। ਆਏ ਹਾਏ ਗਾਇਸ ਮੈਂ ਤਾਂ ਤੁਹਾਨੂੰ ਦੱਸਣਾ ਹੀ ਨਹੀਂ ਸੀਗਾ ਕਿ ਮੈਂ ਕੀ ਬਣਾਉਣ ਲੱਗੀ ਹਾਂ, ਯਾਦ ਹੀ ਭੁੱਲ ਗਿਆ, ਗੱਲਾਂ ਗੱਲਾਂ 'ਚ ਮੂੰਹ 'ਚ ਹੀ ਨਿਕਲ ਗਿਆ ਕਿ ਮੈਂ ਕੜੀ ਬਣਾਉਣ ਲੱਗਿਆ। ਕੋਈ ਹਾਲ ਨਹੀਂ ਮੇਰਾ, ਭੁੱਲ ਜਾਂਦੀ ਹਾਂ ਬੜੀ ਜਲਦੀ। ਚਲੋ ਜੀ ਹੁਣ ਤੁਹਾਨੂੰ ਪਤਾ ਲੱਗ ਹੀ ਗਿਆ ਨਾ ਮੈਂ ਕੜੀ ਬਣਾਉਣ ਲੱਗੀ ਹਾਂ, ਅਤੇ ਹੁਣ ਨਾ ਤੁਸੀਂ ਮੇਰੀ ਹੈਲਪ ਪਤਾ ਕੀ ਕਰਨੀ ਹੈ, ਤੁਸੀਂ ਸੋਚਦੇ ਜਿਹਨੂੰ ਜਿਹਨੂੰ ਕੜੀ ਪਸੰਦ ਆ ਨਾ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਸੱਜੀ ਦੇ ਦੇ। ਤੁਸੀਂ ਮੈਂ ਚੈਨਲ ਨੂੰ ਸਬਸਕ੍ਰਾਈਬ ਕਰਤਾ ਨਾ, ਮੈਨੂੰ ਇਵੇਂ ਲੱਗੂ ਵਾਕਈ ਇਹਨਾਂ ਨੂੰ ਕੜੀ ਪਸੰਦ ਸੀ, ਅਤੇ ਇਹਨਾਂ ਜੇ ਸਬਸਕ੍ਰਾਈਬ ਕੀਤਾ ਨਾ ਸੱਚੀ ਤੁਹਾਡੇ ਘਰ ਕੜੀ ਪਰ ਭੇਜ ਕੇ ਆਵਾਂ ਤੁਹਾਨੂੰ। ਹਾਂਜੀ ਗਾਇਸ ਚੰਗਾ ਹੋ ਗਿਆ, ਹੁਣ ਮੈਂ ਪਿਆਜ਼ ਵਗੈਰਾ ਸਾਰਾ ਕੁਛ ਕੱਟ ਕੇ ਨਾ, ਮੈਂ ਕਿਹਾ ਚਲੋ ਹੁਣ ਸਿਲੰਡਰ 'ਤੇ ਹੋਇਆ ਸ਼ਾਦੀ ਜਿਹੜਾ ਕੰਮ ਆ ਤੇਰਾ, ਕੀ ਗਰਮ ਹੋਲੇ ਫਿਰ ਤੁਹਾਨੂੰ ਮੈਂ ਦੱਸਦੀ ਹਾਂ ਵਿੱਚ ਕੀ ਪਾਉਣਾ ਅਤੇ ਕੀ ਨਹੀਂ, ਕੀ ਬਸ ਗਰਮ ਹੁੰਦਾ ਤੁਹਾਡੇ ਇੰਤਜ਼ਾਰ ਆ। ਗੈਸ ਗਾਇਸ ਖਤਮ ਹੋਈ ਹੋਈ ਸੀ, ਪਰਸੋਂ ਪਾਪਾ ਨੂੰ ਪੈਸੇ ਭੇਜੇ ਤੇ ਗੈਸ ਭਰਵਾ ਕੇ ਲਿਆਉਂਦੀ, ਸ਼ੁਕਰ ਆ ਪਾਪਾ ਨੂੰ ਪੈਸੇ ਭੇਜੇ, ਗੈਸ ਭਰੀ ਜਿਹਨੇ ਤੇ ਗੈਸ ਮੈਂ ਧੁੱਪ 'ਚ ਬਹਿ ਬਹਿ ਕੇ ਰੰਗ ਹੀ ਕਾਲਾ ਹੋਇਆ ਪਿਆ ਸੀ। ਗੈਸ ਦੇਖੋ ਆਹ ਦਾਣੇ ਸੁੱਕਣੇ ਪਾਏ ਹੋਏ ਆ, ਕੈਮਰਾ ਮੈਨ ਦਿਖਾਓ, ਦੇਖੋ ਗਾਇਸ ਦਾਣੇ ਸੁੱਕਣੇ ਪਾਏ ਹੋਏ ਆ।
ਮੈਂ ਕਿਹਾ ਹੁਣ ਸ਼ੁਕਰ ਹੈ ਸਾਡਾ ਭੇਜ ਗਿਆ ਅਤੇ ਹੁਣ ਮੈਂ ਇਸ ਦੇ ਅੰਦਰ ਬਹਿ ਕੇ ਸਾਰਾ ਕੰਮ ਆਸਾਨੀ ਨਾਲ ਕਰ ਲਿਆ ਕਰੂੰਗੀ। ਧੁੱਪ ਤੇ ਬਹਿ ਬਹਿ ਗਾਈ ਮੇਰਾ ਰੰਗ ਹੀ ਕਾਲਾ ਹੋਇਆ ਪਿਆ ਸੀ, ਮੈਂ ਤੁਹਾਨੂੰ ਕੀ ਕਹਿੰਦੀ। ਚਲੋ ਜੀ ਹੁਣ ਨਾ ਵਾਰੀ ਆ ਗਈ ਹੈ ਲਸਣ ਤੇ, ਲਸਣ ਆਪਾਂ ਵਿੱਚ ਐਡ ਕਰਦੇ ਹਾਂ। हेलो गाइस, क्या है अली बिस्मिल्लाह ने लड़ गया ना? इधर आ, उन उक्का चखना गा के फिर बिस्मिल्लाह ने क्यों लड़े हो? बिस्मिल्लाह ने क्यों लड़े हो? पानी नहीं जल्दी थी गाइस, पानी पीछे बिस्मिल्लाह जल्दी लड़ के तो बात ही नहीं होना। आपने लेना आयो ਸਾਰੇ ਜੀ ਪਾਣੀ ਸੀ ਕਿਉਂਕਿ ਮੈਂ ਪਕੌੜਿਆਂ ਵਾਸਤੇ ਮੈਂ ਨਾ ਵਿੱਚ ਕੱਟ ਲਈ, ਮੈਂ ਕਿ ਬਾਰ ਬਾਰ ਕੱਟ ਨਹੀਂ ਹੁੰਦੀ ਤੇ ਇੱਕ ਵਾਰ ਸਾਰੇ ਕੱਟ ਲਾ। ਆਪਾਂ ਨਾ ਲੱਸੀ ਤਿਆਰ ਕਰ ਲਈ, ਸਾਨੂੰ ਪਤਾ ਲੱਸੀ ਤੇ ਅੱਜ ਕੱਲ੍ਹ ਬਹੁਤ ਘੱਟ ਮਿਲਦੀ ਆ ਅਤੇ ਦਹੀਂ ਮੈਂ ਬਾਜ਼ਾਰ ਮੰਗਵਾਈ ਸੀ ਅਤੇ ਗਾਇ ਦਹੀਂ 200 ਰੁਪਏ ਕਿਲੋ ਇੰਨੀ ਮਹਿੰਗਾਈ ਹੋਈ ਸੀ ਸਾਡੇ ਇੱਥੇ। ਚੱਲ ਹੁਣ ਮੈਂ ਵੇਖਾਂ ਮੈਂ ਚਾਰ ਕਰ ਕੇ ਮੈਂ ਅੱਛੇ ਤਰੀਕੇ ਨਾਲ ਮਿਕਸ ਕਰ ਲਈ। ਪਹਿਲੇ ਆਪਾਂ ਨੇ ਹੱਥਾਂ ਨਾਲ ਨਾ ਅੱਛੇ ਤਰੀਕੇ ਨਾਲ ਗ੍ਰੈਂਡ ਕਰ ਦਈਏ। ਮੈਂ ਅੱਛੇ ਤਰੀਕੇ ਨਾਲ ਕਰ ਰਹੀ ਹਾਂ ਗ੍ਰੈਂਡ। ਮੰਮਾ ਜੀ ਅਭੀ ਲੱਸੀ ਦੇ ਵਿੱਚ ਐਡ ਕਰਨਾ? ਕਰ ਦੋ ਸਾਰੀ ਬੇਸਨ, ਕਾਫੀ ਆ ਥੋੜਾ ਸਾ
ਇੱਧਰ ਆਪਣੇ ਮਸਾਲੇ ਵਗੈਰਾ ਸਾਰੇ ਤਿਆਰ ਹੋ ਰਹੇ ਆ ਅਤੇ ਇੱਧਰ ਮੈਂ ਨਾ ਲੱਸੀ ਨੂੰ ਤਿਆਰ ਕਰ ਰਹੀ ਹਾਂ ਜਿਹੜੀ ਆਪਾਂ ਵਿੱਚ ਇਹਦੇ ਹੁਣ ਐਡ ਕਰਦੇ ਹਾਂ ਨਾ ਇਹਦਾ ਆਪਾਂ ਅੱਛੇ ਤਰੀਕੇ ਨਾਲ ਆਪਾਂ ਬੇਸਣ ਨੂੰ ਇਹਦੇ ਵਿੱਚ ਮਿਕਸ ਕਰ ਲਈਏ। ਹਾਂਜੀ ਗਾਇਸ ਕੱਲ੍ਹ ਨੂੰ ਵੇਖ ਕੇ ਮੈਂ ਖਾਲੀ ਸਪੀਡ ਟਮੈਟੋ ਛਾ ਦਿਓ ਹੁਣ ਖੇਡ ਨੂੰ ਬੰਦ ਕਰ ਅਤੇ ਜਲਦੀ ਜਲਦੀ ਕੰਮ ਨੂੰ ਕਾਣ ਦੀ ਕਰ। ਹੁਣ ਪਾਣੀ ਵਿੱਚ ਐਡ ਕਰਦੇ ਇਹਨਾਂ ਨੂੰ ਮਿਕਸ ਕਰਦੇ ਹਾਂ। ਹਾਂਜੀ ਗਾਇਸ ਜੀਰਾ ਮਸਾਲਾ ਵਿੱਚ ਐਡ ਕਰਦੇ ਹਾਂ ਫਿਰ ਸਾਨੂੰ ਉੱਪਰ ਪਲੇਟ ਦੇ ਦਿੰਦੇ ਹੋਏ ਹੋਏ ਨਜ਼ਰ ਲੱਗ ਗਈ। ਚਲੋ ਹੁਣ ਮੈਂ ਜਲਦੀ ਪਕੌੜੇ ਤਿਆਰ ਕਰ ਲਾਂ। 2 ਮਿੰਟ ਠਹਿਰ ਦੇ ਸ਼ਾਦੀ ਅੱਜ ਤੱਕ ਨਾ ਉਹ ਵੀ ਗਰਮ ਹੋ ਰਹਾ ਹੈ ਜੀ ਗਰਮ ਹੋ ਜਾਏ ਨਾ ਫਿਰ ਕੀ ਬਾਤ ਨਹੀਂ ਗਰਮੀ ਲੱਗ ਰਹੀ ਅੰਮੇ ਕੋਈ ਬਾਤ ਨਹੀਂ ਬਹੁਤ ਜ਼ਿਆਦਾ ਗਰਮੀ ਚਲੋ ਗਾਇਸ ਜੀ ਆਪਣਾ ਗਰਮ ਹੋ ਗਿਆ ਬਸ ਹੁਣ ਆਪਾਂ ਪਕੌੜੇ ਐਡ ਕਰਦੇ ਹਾਂ ਛੋਟੇ ਛੋਟੇ ਮੰਮਾ ਨੇ ਕਿਹਾ ਬਣਾਉਣਾ ਕਰਦੇ ਐਂਡ ਮੇਰੇ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਕਰੋ ਮੇਰੇ ਅਗਲੀ ਵੀਡੀਓ ਚ ਲਾ ਪੀਸ।